नाम का एक तुसी देख रहे हो अज दे अंदोलन दीआं नवीआं तस्वीरां जो कि साढ़े वीर जिहड़े लंगर बना रहे ने। आपां गल करदे वी किहड़ी जगह तो लंगर आ ते किन्ने दिन हो गए इन्हां नूं इह सेवा नवाउंदे होए नूं, क्योंकि हुण रोटी भी बिल्कुल साफ सुथरी हो चुकी आ, क्योंकि पहले दिन ही देखिआ सी रोटी दी जिहड़ी थोड़ी बिंगी टेढ़ी सी, पर हुण जिहड़ियां तस्वीरां बिल्कुल साफ हो चुकीआं। आपां गल करदे आ वीर जी, किहड़ी जगह तों? वाहे खालसा वाहे फतेह जी। मैं फाजिलका डिस्ट्रिक्ट फाजिलका पिंड मरादा दस सिंह। ਅਤੇ ਕਿੰਨੇ ਦਿਨਾਂ ਤੋਂ ਸੇਵਾ ਨਿਭਾ ਰਹੇ ਹੋ? ਵੀਰ ਜੀ ਅਸੀਂ ਉਹਨੂੰ 4 ਦਿਨ ਹੀ ਹੋਏ ਆਇਆ ਨੂੰ। ਠੀਕ ਹੈ। ਅਤੇ ਸਾਡੇ ਕੁਛ ਪਹਿਲਾਂ ਵੀ ਆ ਚੁੱਕੇ ਸੀਗੇ ਬੰਦੇ ਜਿਹੜੇ ਨਾਲ ਦੇ ਸੀਗੇ ਸਿੰਘ, ਉਹ ਪਹਿਲਾਂ ਵੀ ਆ ਚੁੱਕੇ ਸੀਗੇ, ਉਹ ਸੇਵਾ ਨਿਭਾ ਹੀ ਰਹੇ ਹਾਂ ਲਗਾਤਾਰ ਅਸੀਂ। ਠੀਕ ਹੈ ਜੀ। ਹਾਂਜੀ ਬਾਈ। ਅਤੇ ਕੀ ਲੱਗਦਾ ਤੁਹਾਨੂੰ ਅੰਦੋਲਨ ਦੀ ਅੱਜ ਦੀਆਂ ਤਸਵੀਰਾਂ ਕੁਛ ਵੱਖਰੀਆਂ ਲੱਗਦੀਆਂ? ਬਹੁਤ ਜ਼ਿਆਦਾ ਵੱਖਰੀਆਂ ਜੀ। ਜਿਹਨਾਂ ਦਿਨਾਂ ਵੱਖਰਾ ਨੂਰ ਚੜ੍ਹ ਰਿਹਾ ਸਿੰਘ ਆ ਰਹੇ ਨੇ, ਅਤੇ ਸਾਨੂੰ ਪਤਾ ਇਹ ਦਿੱਲੀ ਫਤਿਹ ਕਰਕੇ ਹੀ ਜਾਵਾਂਗੇ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਇਹ ਸੀ ਸਾਡੇ ਨਾਲ ਵੀਰ ਜੀ ਜਿਹੜੇ ਸੇਵਾ ਨਿਭਾ ਰਹੇ ਨੇ ਪਿਛਲੇ 4 ਦਿਨਾਂ ਤੋਂ। ਕੁਛ ਸਾਡੇ ਨਾਲ ਵੀਰ ਜੀ ਇੱਧਰ ਪੇੜੇ ਕਰ ਰਹੇ ਨੇ ਗੋਲ ਗੋਲ, ਕਿਉਂਕਿ ਸਾਡੇ ਲਈ ਬੜੀ ਦਿੱਕਤ ਆ ਜਾਂਦੀ ਹੈ, ਕਿਉਂਕਿ ਜਦ ਰੋਟੀ ਦਾ ਮਸਲਾ ਆਉਂਦਾ, ਕਿਉਂਕਿ ਅੰਦੋਲਨ ਆ ਜਿਹੜਾ ਮੇਨ ਰੋਟੀ ਦੇ ਹੀ ਲੱਗਿਆ ਹੋਇਆ, ਕਿਉਂਕਿ ਕਿਸਾਨ ਆ ਜਿਹੜਾ ਇਹ ਅੰਨ ਨੂੰ ਬੀਜ ਕੇ ਜਿਹੜਾ ਸ਼ੁਰੂ ਕਰਦਾ ਅਤੇ ਉਹ ਤੋਂ ਹੀ ਰੋਟੀ ਤਿਆਰ ਹੁੰਦੀ ਆ। ਉਹੀ ਅੰਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿੱਦਾਂ ਫਸਲ ਤੋਂ ਬਾਅਦ ਜਿਹੜਾ ਆਟਾ ਗੁੰਨ ਕੇ ਪੇੜੇ ਕਰਕੇ ਜਿਹੜੀ ਰੋਟੀ ਤਿਆਰ ਹੋ ਰਹੀ ਹੈ। ਅਤੇ ਆਪਾਂ ਇੱਧਰ ਵੀਰ ਜੀ ਨਾਲ ਗੱਲ ਕਰਦੇ ਹਾਂ, ਇਹਨਾਂ ਨੇ ਉੱਪਰ ਕਿਸਾਨੀ ਦਾ ਮੇਰੇ ਖਿਆਲ 'ਚ ਲੋਗੋ ਵੀ ਲਾਇਆ ਹੋਇਆ ਪੱਗ ਦੇ ਉੱਤੇ। ਅਤੇ ਆਪਾਂ ਵੀਰ ਜੀ ਨਾਲ ਗੱਲ ਕਰਦੇ ਹਾਂ ਵੀ ਕਿਹੜੀ ਜਗ੍ਹਾ ਤੋਂ? ਹਾਂਜੀ ਵੀਰ ਜੀ, ਕਿਹੜੀ ਜਗ੍ਹਾ ਤੋਂ ਆ ਜੀ? ਆਪਾਂ ਫਾਜ਼ਿਲਕਾ ਤੋਂ ਵੀਰ ਜੀ। ਚਾਰ ਪੰਜ ਦਿਨ ਹੋ ਗਏ ਵੀਰ ਜੀ। ਅੱਜ ਦੀਆਂ ਵੱਖਰੀਆਂ ਤਸਵੀਰਾਂ ਕੀ ਮਿਲਿਆ, ਕਿਉਂਕਿ ਅਸੀਂ ਹੁਣ ਕਵਰ ਕਰਦੇ ਆਏ ਹਾਂ 250-250 ਹਿੰਦੂ ਪਰਿਵਾਰ ਜਿਹੜੇ ਅੱਜ ਇਸ ਅੰਦੋਲਨ ਦੇ ਵਿੱਚ ਆਏ ਆ ਜੀ। ਹਾਂਜੀ। ਅਤੇ ਤੁਸੀਂ ਤੁਹਾਨੂੰ ਕੁਛ ਵੱਖਰਾ ਦਿਖ ਰਿਹਾ ਅੱਜ ਇਸ ਰੋਡ ਦੇ ਉੱਤੇ? ਹਾਂ ਵੱਖਰਾ ਦਿਸ ਰਿਹਾ, ਰਿਜ਼ਲਟ ਆ ਰਿਹਾ ਅੱਗੇ ਨਾਲੋਂ ਕੁਛ ਪਰਸੈਂਟ, 40-50% ਤਰੀਕ ਦੀ ਜਿਹੜੀ ਮੀਟਿੰਗ ਦੇ ਦਿੱਤੀ ਆ ਉਹਨਾਂ ਨੇ ਮੋਦੀ ਇਹਨਾਂ ਨੇ। ਹਾਂਜੀ ਹਾਂ, 4 ਤਰੀਕ ਦਿੱਤੀ ਆ, 2 ਕੱਲ ਕੈਂਸਲ ਹੋ ਗਏ ਆ, ਅਤੇ ਅੱਗੇ ਹੌਲੀ ਹੌਲੀ ਦਿੱਤਾ ਹੈ, ਉਮੀਦ ਹੈ। ਜਿੱਦਾਂ ਵੀਰ ਜੀ ਨੇ ਦੱਸਿਆ ਵੀ ਕੱਲ੍ਹ 2 ਬਿੱਲਾਂ 'ਤੇ ਸਹਿਮਤੀ ਹੋਈ ਆ, ਅਤੇ ਹੋਰ ਵੀ ਅੱਗੇ 4 ਤਰੀਕ ਦੀ ਜਿਹੜੀ ਮੀਟਿੰਗ ਜਿਹੜੀ ਰੱਖੀ ਗਈ ਆ। ਅਤੇ ਤੁਸੀਂ, ਮੈਂ ਬੇਨਤੀ ਕਰੂੰਗਾ ਆਪਣੇ ਸੰਜੀਵ ਕੈਮਰਾਮੈਨ ਨੂੰ ਵੀ ਸਾਰੀਆਂ ਤਸਵੀਰਾਂ ਇੱਕ ਵਾਰ ਸਾਰੀਆਂ ਜਿਹੜੀਆਂ ਪ੍ਰਸ਼ਾਦਾ ਬਣਦੇ ਦੀਆਂ ਦਿਖਾ ਦੇਣ।